ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਸਾਹਿਬ ਭਾਈ ਗੁਰਕਿਰਪਾਲ ਸਿੰਘ ਜੀ ਵੱਲੋਂ ਬੱਚਿਆਂ ਨੂੰ ਪਰਮਾਤਮਾ ਨਾਲ ਵਾਹਿਗੁਰੂ ਨਾਲ ਜੋੜਨ ਵਾਸਤੇ ਲਿਖਣ ਭਗਤੀ ਲਹਿਰ ਦਾ ਇੱਕ ਉਪਰਾਲਾ ਕੀਤਾ ਗਿਆ, ਜਿਹਦੇ ਤਹਿਤ ਬੱਚਿਆਂ ਨੇ ਕਾਪੀਆਂ ਉੱਤੇ ਵਾਹਿਗੁਰੂ ਲਿਖਣਾ ਹੈ, ਇੱਕ ਵਾਰੀ ਵਾਹਿਗੁਰੂ ਲਿਖਣਾ ਹੈ ਔਰ ਚਾਰ ਵਾਰੀ ਜਪਣਾ ਹੈ। ਉਹਦੇ ਵਿੱਚ ਬੱਚਿਆਂ ਦੀ ਏਜ ਮੁਤਾਬਕ ਅਲੱਗ ਅਲੱਗ ਸਿਲੇਬਸ ਦਿੱਤਾ ਗਿਆ ਹੈ। ਜਿਸ ਤਰ੍ਹਾਂ ਕਿ 8 ਸਾਲ ਤੱਕ ਦੇ ਬੱਚੇ, ਉਹਨਾਂ ਨੇ 6500 ਵਾਰੀ ਵਾਹਿਗੁਰੂ ਲਿਖਣਾ, 15 ਸਾਲ ਤੱਕ ਦੇ ਬੱਚੇ 13000 ਵਾਰੀ ਵਾਹਿਗੁਰੂ ਲਿਖਣਾ, ਉਸ ਤੋਂ ਉੱਪਰ 21000 ਵਾਰੀ ਵਾਹਿਗੁਰੂ ਲਿਖਣਾ। ਔਰ ਪਰਮਾਤਮਾ ਦੀ ਕਿਰਪਾ ਨਾਲ ਇੰਨੀ ਕੁ ਬਖਸ਼ਿਸ਼ ਹੋਈ ਹੈ ਕਿ ਲਗਭਗ ਸਾਡੀ ਜਿਹੜੀ ਸਾਈਟ ਹੈ ਉਹਦੇ ਉੱਤੇ ਹੀ 20000 ਦੇ ਕਰੀਬ ਜਿਹੜਾ ਹੈ ਉਹ ਰਜਿਸਟ੍ਰੇਸ਼ਨ ਹੋਈ ਆ ਕਿ ਬੱਚਿਆਂ ਨੇ ਇੰਨਾ ਇਸ ਲਹਿਰ ਵਿੱਚ ਉਤਸ਼ਾਹ ਨਾਲ ਭਾਗ ਲਿਆ ਹੈ। ਔਰ ਗਿਣਤੀ ਹੋਰ ਵੀ ਜ਼ਿਆਦਾ ਹੈ ਕਿਉਂਕਿ ਪਿੰਡਾਂ 'ਚ ਜਿੱਥੇ ਇੰਟਰਨੈਟ ਜਾਂ IT ਦੀ ਸਹੂਲਤ ਨਹੀਂ ਹੈਗੀ ਉੱਥੇ ਬੱਚੇ ਰਜਿਸਟ੍ਰੇਸ਼ਨ ਨਹੀਂ ਕਰ ਸਕੇ। ਔਰ ਉਹ ਜਦੋਂ ਅਸੀਂ ਉਹਨਾਂ ਇਲਾਕਿਆਂ ਵਿੱਚ ਜਾਈਦਾ ਆ ਉਹ ਬੱਚੇ ਬਹੁਤ ਜ਼ਿਆਦਾ ਆਉਂਦੇ ਨੇ ਜਿਨ੍ਹਾਂ ਦੀ ਨੈੱਟ ਦੇ ਉੱਤੇ ਰਜਿਸਟ੍ਰੇਸ਼ਨ ਨਹੀਂ ਹੈਗੀ। ਇਸ ਮੁਤਾਬਕ ਲਾਈਏ ਤਾਂ ਇਹ ਗਿਣਤੀ ਬਹੁਤ ਜ਼ਿਆਦਾ ਹੋ ਜਾਂਦੀ 20000 ਨਾਲੋਂ। ਔਰ ਇੱਕ ਛੋਟਾ ਜਿਹਾ ਉਪਰਾਲਾ ਆ ਕਿ ਜਿਹਦੇ ਤਹਿਤ ਬੱਚੇ ਜਿਹੜੇ ਆ ਪਰਮਾਤਮਾ ਨਾਲ ਜੁੜ ਸਕਣ, ਕਿਉਂਕਿ ਅੱਜ ਕੱਲ੍ਹ ਦਾ ਜੋ ਯੁੱਗ ਚੱਲਦਾ ਪਿਆ ਉਹਦੇ ਵਿੱਚ ਪਰਮਾਤਮਾ ਨਾਲ ਜੁੜੇ ਰਹਿਣਗੇ, ਧਰਮ ਨਾਲ ਜੁੜੇ ਰਹਿਣਗੇ, ਚਾਹੇ ਕਿਸੇ ਨਾਲ ਵੀ ਹੋਵੇ ਧਰਮ ਨਾਲ। ਕੋਈ ਉਹਦੇ ਵਿੱਚ ਐਸਾ ਨਹੀਂ ਰੱਖਿਆ ਗਿਆ ਕਿ ਸਿੱਖ ਲਿਖੇਗਾ ਸਿਰਫ, ਉਹ 'ਚ ਸਾਡੇ ਕੋਲ ਹਿੰਦੂ ਵੀਰ ਵੀ ਆ ਰਹੇ ਨੇ, ਸਿੰਧੀ ਵੀ ਆ ਰਹੇ ਨੇ, ਮੁਸਲਮਾਨ ਵੀਰ ਨੇ ਜਿਨ੍ਹਾਂ ਨੇ ਵਾਹਿਗੁਰੂ ਲਿਖਿਆ ਹੋਇਆ ਆ। ਕੋਈ ਭਿੰਨ ਭੇਦ ਨਹੀਂ ਹੈਗਾ, ਬੜੇ ਆਰਾਮ ਨਾਲ ਇਸ ਲਹਿਰ ਨੂੰ ਚਲਾਇਆ ਜਾ ਰਿਹਾ ਜਿਸ ਤਹਿਤ ਕੋਈ ਵੀ ਵਾਹਿਗੁਰੂ ਲਿਖ ਕੇ ਇਨਾਮ ਪ੍ਰਾਪਤ ਕਰ ਸਕਦਾ ਹੈ। ਉਹਦੇ ਵਿੱਚ ਬੱਚਿਆਂ ਨੂੰ ਛੋਟਾ ਇਨਾਮ ਸਤਿਕਾਰ ਉਸੇ ਵੇਲੇ ਜਦੋਂ ਕਾਪੀਆਂ ਜਮ੍ਹਾਂ ਕਰਵਾਈਆਂ ਜਾਂਦੀਆਂ ਉਦੋਂ ਹੀ ਦਿੱਤਾ ਜਾਂਦਾ ਹੈ। ਉਹਦੇ 'ਚ ਬੈਗ ਆ ਔਰ ਇੱਕ ਸ਼ੇਕਰ ਆ। ਬੱਚੇ ਨੂੰ ਪੁੱਛ ਲਿਆ ਜਾਂਦਾ ਕਿ ਬੱਚੇ ਨੇ ਕੀ ਲੈਣਾ ਹੈਗਾ ਔਰ ਉਹਦੀ ਮਰਜ਼ੀ ਮੁਤਾਬਕ ਉਹਨੂੰ ਉਹ ਪ੍ਰਾਈਜ਼ ਉਸੇ ਟਾਈਮ ਦਿੱਤਾ ਜਾਂਦਾ ਜਿਸ ਟਾਈਮ ਬੱਚੇ ਨੇ ਕਾਪੀ ਜਮ੍ਹਾਂ ਕਰਵਾ ਲਈ ਹੈ। ਇਸ ਤੋਂ ਇਲਾਵਾ ਕੂਪਨ ਦਿੱਤਾ ਜਾਂਦਾ ਜੋ ਕਿ ਵੱਡੇ ਇਨਾਮ ਜਿਹਦੇ ਵਿੱਚ ਐਕਟਿਵਾ ਸਕੂਟਰ ਹੈ, ਸਾਈਕਲਸ ਨੇ ਔਰ ਨੋਟਪੈਡਸ ਨੇ ਔਰ ਕਾਫੀ ਇਸ ਤਰ੍ਹਾਂ ਦੇ ਇਨਾਮ ਨੇ 400 ਦੇ ਕਰੀਬ, ਜਿਹੜੇ ਉਸ ਕੂਪਨ ਦੇ ਡਰਾ ਦੇ ਵਾਂਗ ਇੱਕ ਨਿਕਾਲੇ ਜਾਣਗੇ, ਜਿਹਦੀ ਕਿ ਅਜੇ ਡੇਟ ਡਿਸਾਈਡ ਨਹੀਂ ਹੋਈ, ਦਸੰਬਰ ਵਿੱਚ ਸ਼ਾਇਦ ਹੋ ਜਾਏਗੀ ਔਰ ਲਾਈਵ ਪ੍ਰੋਗਰਾਮ ਹੋਏਗਾ ਔਰ ਲਾਈਵ ਵਿੱਚ ਬੱਚਿਆਂ ਨੂੰ ਉਹ ਇਨਾਮ ਦਿੱਤੇ ਜਾਣਗੇ। ਸਾਰੀ ਚੀਜ਼ ਦਾ ਮਕਸਦ ਇੱਕ ਹੀ ਹੈ ਕਿ ਬੱਚੇ ਭਗਤੀ ਭਾਵਨਾ ਨਾਲ ਜੁੜਨ, ਪਿਆਰ ਨਾਲ ਜੁੜਨ ਔਰ ਪਰਮਾਤਮਾ ਦੇ ਨਾਮ ਦੇ ਨਾਲ ਜੁੜਨ, ਜਿਸ ਦਾ ਇਹ ਬੱਚਿਆਂ ਨੂੰ ਆਪਣੇ ਜਿਹੜੇ ਬੱਚੇ ਵਾਹਿਗੁਰੂ ਲਿਖਦੇ ਨੇ ਉਹਨਾਂ ਦੇ ਅੱਗੇ ਸਾਨੂੰ ਦੱਸਿਆ ਗਿਆ ਕਿ ਸਾਖੀ ਜਿਹੜੀ ਕਿ ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਆ, ਕੋਈ ਵੀ ਸਾਖੀ ਇੱਕ ਲਿਖਣੀ ਹੈ ਕਿਉਂਕਿ ਬੱਚੇ ਇਤਿਹਾਸ ਤੋਂ ਦੂਰ ਹੋ ਰਹੇ ਨੇ। ਉਹ ਇੱਕ ਉਪਰਾਲਾ ਕੀਤਾ ਗਿਆ ਕਿ ਕੋਈ ਵੀ ਸਾਖੀ ਜਿਹੜੀ ਨੌਵੇਂ ਪਾਤਸ਼ਾਹ ਨਾਲ ਸੰਬੰਧਿਤ ਆ ਉਹ ਪਹਿਲੇ ਪੇਜ 'ਤੇ ਉਹਨਾਂ ਲਿਖਣੀ ਆ, ਜਿਹਦੇ ਨਾਲ ਕਿ ਬੱਚਿਆਂ ਨੂੰ ਇਤਿਹਾਸ ਦਾ ਵੀ ਪਤਾ ਲੱਗੇਗਾ ਔਰ ਅੱਗੇ ਵਾਹਿਗੁਰੂ ਗੁਰਮੰਤਰ ਦਾ ਵੀ ਪਤਾ ਲੱਗੇਗਾ। ਸਾਰੇ ਇਸ ਉਪਰਾਲੇ ਦਾ ਮਕਸਦ ਪਰਮਾਤਮਾ ਨਾਲ ਜੋੜਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।